सिंह साहिब भाई जसवीर सिंह रोडे सबका जथेदार श्री अकाल तख्त साहिब और सरप्रस्त इंटरनेशनल पंथक दल जी के दिशा निर्देशों से इंटरनेशनल पंथक दल के जिला अमृतसर साहिब तो प्रधान सरदार हरसिमरन सिंह उन्होंने समूह टीम वालों माता बलविंदर कौर पत्नी महेंद्र सिंह वासी न्यू गुरनाम नगर सुल्तानपिंड रोड श्री अमृतसर साहिब जो कि आर्थिक तौर पर कमजोर होने कारण अपनी अखों का इलाज न होने कारण काफ़ी परेशान सन। इंटरनेशनल पंथक दल अमृतसर की समुची टीम वालों माता जी ने अखों का ऑपरेशन करवाया गया। इंटरनेशनल पंथक दल के समूह अहुदेदार समूह मैंबर साहबाना वालों श्री अमृतसर साहिब की सारी टीम का बहुत बहुत धन्यवाद किया गया। ब्यूरो रिपोर्ट आवाज़ कॉम टीवी। ਐਤਵਾਰ ਦਿਨ ਇਟਲੀ ਵਿੱਚ ਰਹਿੰਦੇ ਪੰਜਾਬੀ ਭਾਈਚਾਰੇ ਲਈ ਉਦੋਂ ਦੁੱਖਦਾਇਕ ਹੋ ਨਿਬੜਿਆ ਜਦੋਂ ਅਣਹੋਣੀ ਅੱਗੇ ਇੱਕ 25 ਸਾਲਾ ਨੌਜਵਾਨ ਚੜ੍ਹਦੀ ਉਮਰੇ ਮੌਤ ਨੂੰ ਆਪਣੀ ਜ਼ਿੰਦਗੀ ਹਾਰ ਗਿਆ। ਪੌਰ ਦੀ ਨੋਨੇ ਦਾ ਰੈਜੀਡੈਂਸ ਭਗਤਜੀਤ ਸਿੰਘ ਪਿਛਲੇ ਕੁਝ ਸਮੇਂ ਤੋਂ ਰੋਮ ਦੇ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਾਲ ਪੈਂਦੇ ਪਿੰਡ ਮਾਕਾ ਰੇਸੇ ਵਿੱਚ ਰਹਿੰਦਾ ਸੀ ਅਤੇ ਐਤਵਾਰ ਦੇ ਦਿਨ ਆਪਣੇ ਸਾਥੀਆਂ ਦੇ ਨਾਲ ਨਾਲ ਨੇੜਲੇ ਸ਼ਹਿਰ ਲਾਦੀ ਸਪੋਲੀ ਜਾਣ ਲਈ ਘਰੋਂ ਤਾਂ ਨਿਕਲਿਆ ਪਰ ਮੁੜ ਘਰ ਦਾਖਲ ਹੋਣਾ ਉਸ ਨੂੰ ਨਸੀਬ ਨਾ ਹੋਇਆ। ਮ੍ਰਿਤਕ ਨੌਜਵਾਨ ਟਿਕਟ ਖਰੀਦਣ ਤੋਂ ਬਾਅਦ ਗਲਤ ਤਰੀਕੇ ਪਟੜੀ ਪਾਰ ਕਰਦੇ ਸਮੇਂ ਦੂਜੇ ਪਾਸੇ ਤੋਂ ਆ ਰਹੀ ਤੇਜ਼ ਰਫ਼ਤਾਰ ਟ੍ਰੇਨ ਦੀ ਲਪੇਟ ਵਿੱਚ ਆ ਗਿਆ। ਇਸ ਦੇ ਫਲਸਰੂਪ ਉਸ ਦੇ ਸਰੀਰ ਦੇ ਕਈ ਟੁਕੜੇ ਹੋ ਗਏ। ਇਕੱਤਰ ਜਾਣਕਾਰੀ ਦੇ ਮੁਤਾਬਕ ਪਟੜੀ ਦੇ ਦੂਜੇ ਪਾਸੇ ਖੜ੍ਹੇ ਕੁਝ ਨੌਜਵਾਨ ਉਸ ਨੂੰ ਆਖ ਰਹੇ ਸਨ ਕਿ ਟ੍ਰੇਨ ਆ ਰਹੀ ਹੈ, ਆਪਣਾ ਬਚਾਅ ਕਰ। ਪਰ ਉਹ ਆਪਣੀ ਟ੍ਰੇਨ ਦੇ ਲੰਘ ਜਾਣ ਦੇ ਡਰੋਂ ਤੇਜ਼ੀ ਦੇ ਨਾਲ ਦੂਸਰੇ ਪਾਸੇ ਵੱਲ ਨੂੰ ਵਧਿਆ ਤਾਂ ਇਸ ਦਰਦਨਾਕ ਹਾਦਸੇ ਵਿੱਚ ਜਾਨ ਗਵਾ ਬੈਠਾ। ਜੇਬ ਵਿੱਚੋਂ ਮਿਲੇ ਭਾਰਤੀ ਡਰਾਈਵਿੰਗ ਲਾਇਸੈਂਸ ਤੋਂ ਪਤਾ ਲੱਗਾ ਹੈ ਕਿ ਮ੍ਰਿਤਕ ਤਰਨ ਤਾਰਨ ਦੇ ਕਸਬਾ ਝਬਾਲ ਦਾ ਵਸਨੀਕ ਹੈ ਅਤੇ ਥੋੜ੍ਹੇ ਸਾਲ ਪਹਿਲਾਂ ਆਪਣੇ ਭਵਿੱਖ ਨੂੰ ਸੰਵਾਰਨ ਖਾਤਰ ਇਟਲੀ ਵਿੱਚ ਆਇਆ ਸੀ। ਕੋਈ 2 ਘੰਟੇ ਬਾਅਦ ਸਾਰੀ ਲੋੜੀਂਦੀ ਕਾਰਵਾਈ ਉਪਰੰਤ ਆਵਾਜਾਈ ਨੂੰ ਬਹਾਲ ਕੀਤਾ ਗਿਆ। ਇਸ ਅਣਹੋਣੀ ਮੌਤ ਦੇ ਕਾਰਨ ਇਲਾਕੇ ਵਿੱਚ ਵਸਦੇ ਪੰਜਾਬੀ ਭਾਈਚਾਰੇ ਵਿੱਚ ਗਮ ਦਾ ਮਾਹੌਲ ਬਣਿਆ ਹੋਇਆ। ਬਿਊਰੋ ਰਿਪੋਰਟ ਆਵਾਜ਼ ਕਮ ਟੀਵੀ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਰੋਡੇ ਸਾਬਕਾ ਜਥੇਦਾਰ ਸ਼੍ਰੀ ਅਕਾਲ ਤਖ਼ਤ ਸਾਹਿਬ ਅਤੇ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਜੀ ਦੇ ਦਿਸ਼ਾ ਨਿਰਦੇਸ਼ਾਂ 'ਤੇ ਇੰਟਰਨੈਸ਼ਨਲ ਪੰਥਕ ਦਲ ਦੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਤੋਂ ਪ੍ਰਧਾਨ ਸਰਦਾਰ ਹਰਸਿਮਰਨ ਸਿੰਘ ਅਤੇ ਉਹਨਾਂ ਦੀ ਸਮੂਹ ਟੀਮ ਵੱਲੋਂ ਮਾਤਾ ਬਲਵਿੰਦਰ ਕੌਰ ਪਤਨੀ ਮਹਿੰਦਰ ਸਿੰਘ ਵਾਸੀ ਨਿਊ ਗੁਰਨਾਮ ਨਗਰ ਸੁਲਤਾਨਪਿੰਡ ਰੋਡ ਸ਼੍ਰੀ ਅੰਮ੍ਰਿਤਸਰ ਸਾਹਿਬ ਜੋ ਕਿ ਆਰਥਿਕ ਤੌਰ 'ਤੇ ਕਮਜ਼ੋਰ ਹੋਣ ਕਾਰਨ ਆਪਣੀ ਅੱਖਾਂ ਦਾ ਇਲਾਜ ਨਾ ਹੋਣ ਕਾਰਨ ਕਾਫ਼ੀ ਪਰੇਸ਼ਾਨ ਸਨ। ਇੰਟਰਨੈਸ਼ਨਲ ਪੰਥਕ ਦਲ ਅੰਮ੍ਰਿਤਸਰ ਦੀ ਸਮੁੱਚੀ ਟੀਮ ਵੱਲੋਂ ਮਾਤਾ ਜੀ ਨੇ ਅੱਖਾਂ ਦਾ ਓਪਰੇਸ਼ਨ ਕਰਵਾਇਆ ਗਿਆ। ਇੰਟਰਨੈਸ਼ਨਲ ਪੰਥਕ ਦਲ ਦੇ ਸਮੂਹ ਅਹੁਦੇਦਾਰ ਅਤੇ ਸਮੂਹ ਮੈਂਬਰ ਸਾਹਿਬਾਨਾਂ ਵੱਲੋਂ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਕੀਤਾ ਗਿਆ। ਬਿਊਰੋ ਰਿਪੋਰਟ ਆਵਾਜ਼ ਕਮ ਟੀਵੀ।